ਮੈਂ ਇੱਕ ਵਾਰ ਫਿਰ ਇੱਥੋਂ ਦੀ ਸਾਰੀ ਮੈਨੇਜਮੈਂਟ ਬਹੁਤ ਬਹੁਤ ਮਿਹਰਬਾਨੀ ਜਿਨ੍ਹਾਂ ਦੀ ਹੁਕਮ ਸਦਕਾ ਸੰਗਤਾਂ ਦੇ ਦਰਸ਼ਨ ਦਿਦਾਰੇ ਹੋਏ ਆ, ਅਤੇ ਸਾਡਾ ਵੀਰ ਦੇਬੀ ਸਾਊਂਡ ਝਵਾਲ 'ਤੇ ਲਾਈਵ, ਸਾਡਾ ਵੀਰਾ ਮੇਲਾ ਟੀ ਵੀ ਲਾਈਵ, ਸਾਡਾ ਟਹਿਣਾ ਵੀਰ ਬਹੁਤ ਬਹੁਤ ਵੀਰੇ ਟਵਾਣਾ ਕਿ ਟਹਿਣਾ, ਮੈਂ ਟਹਿਣਾ ਹੈ ਨਾ, ਦੈਟਸ ਗ੍ਰੇਟ, ਥੈਂਕ ਯੂ, ਬਹੁਤ ਬਹੁਤ ਮੁਬਾਰਕਾਂ ਵੀਰੇ ਹੋਰਾਂ ਨੂੰ। ਇਹ ਵੀ ਇੱਕ ਕਲਾਕਾਰ ਦਾ ਡਾਟਾ ਚੜ੍ਹ ਜਾਂਦਾ ਵੀ ਇੱਥੇ ਫਲਾਣੇ ਸਾਲ ਕੀਤਾ ਸੀ, ਇੱਥੇ ਫਲਾਣਾ ਸਾਲ, ਮੁੜ ਕੇ ਜਦੋਂ ਮਰਜ਼ੀ ਦੇਖ ਲਓ। ਠੀਕ ਹੈ, ਚਲੀਏ ਅਗਲਾ ਗੀਤ, ਸ਼ੇਅਰ ਨਹੀਂ ਹੁੰਦਾ। ਚਾਰ ਬੰਦੇ ਵੇਖ ਜੋ ਮੈਦਾਨ ਛੱਡ ਜਾਏ, ਦਲੇਰ ਨਹੀਂ ਹੁੰਦਾ। ਹਾਂਜੀ, ਅੱਛਾ ਵੀਰੇ ਦੀ ਫਰਮਾਇਸ਼ ਹੈ, ਓਕੇ, ਦੈਟਸ ਗੁੱਡ। ਇਹ ਤੋਂ ਬਾਅਦ ਮੈਨੂੰ ਯਾਦ ਕਰਾਇਓ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ, ਸ਼ੇਰ ਨਹੀਂ ਹੁੰਦਾ। ਹਾਂਜੀ, ਊੜਾ ਐੜਾ ਈੜੀ ਸੱਸਾ, ਮੈਦਾਨ ਛੱਡ ਜਾਏ, ਚਾਰ ਬੰਦੇ ਵੇਖ ਜੋ ਮੈਦਾਨ ਛੱਡ ਜਾਏ, ਮਰਿਆ ਸ਼ਿਕਾਰ ਜਿਹੜਾ ਖਾਵੇ ਚੁੱਕ ਗਏ, ਮਰਿਆ ਸ਼ਿਕਾਰ ਜਿਹੜਾ ਖਾਵੇ ਚੁੱਕ ਗਏ। ਫੇਸਬੁੱਕ ਤੇ ਬਾਪੂ ਜੀ, ਤੁਸੀਂ ਆਈ ਡੀ ਬਣਾਈ ਫੇਸਬੁੱਕ ਤੇ ਕਿ ਨਹੀਂ ਅਜੇ? ਸ਼ੁਕਰ ਹੈ ਮਹਾਰਾਜ ਦਾ ਬਾਪੂ, ਫੇਸਬੁੱਕ ਤੇ 95% ਵਿਦਵਾਨ, ਕੋਈ ਵੀ ਗੱਲ ਹੋਵੇ ਪਤਾ ਨਹੀਂ ਕਿਹੜੇ ਕਿਹਦੇ ਨਾਂ ਦੀਆਂ ਆਈ ਡੀਆਂ ਬਣਾਈਆਂ, ਅਤੇ ਜਦੋਂ ਉਹਨਾਂ ਦਾ ਗਿਆਨ ਦੇਖੋ ਇੱਦਾਂ ਲੱਗਦਾ ਵੀ ਯਾਰ ਸਾਰਾ ਪੰਜਾਬ ਹੀ ਇੰਨਾ ਪੜ੍ਹ ਲਿਖ ਗਿਆ। ਜਣਾ ਖਣਾ ਬੁੱਕੇ ਫੇਸਬੁੱਕ ਤੇ ਔਖੀ ਹੁੰਦੀ ਵੀਰੇ ਕੈਦ ਕੱਟਣੀ, ਪੁਰਾਣੇ ਬੜੇ ਝੂਠ ਸੌਦੇ ਚੱਲੇ ਕਾਰਤੂਸ ਦਾ, ਮਰਿਆ ਸ਼ਿਕਾਰ ਜਿਹੜਾ ਖਾਵੇ ਚੁੱਕ ਕੇ, ਮਰਿਆ ਸ਼ਿਕਾਰ ਜਿਹੜਾ ਖਾਵੇ ਚੁੱਕ ਕੇ। ਜਿਹੜੇ ਜਿਮ ਜਾਂਦੇ ਬਹੁਤ ਵਧੀਆ ਗੱਲ ਹੈ, ਜਿਨ੍ਹਾਂ ਨੇ ਸਰੀਰ ਬਣਾਇਆ ਬਹੁਤ ਵਧੀਆ ਗੱਲ ਹੈ, ਪਰ ਡੌਲਿਆਂ ਦੇ ਸਾਈਜ਼ ਦੇ ਨਾਲ ਨਾਲ ਜੇ ਨਾਲ ਕਿਤੇ ਆਹ ਸਾਈਜ਼ ਵੀ ਵੱਡਾ ਹੋਵੇ ਤੇ ਕਿਆ ਇਹ ਬਾਤਾਂ।
ਕਈ ਵਾਰ ਇੱਦਾਂ ਹੁੰਦਾ ਵੀ ਸਰੀਰ ਬੰਦੇ ਨੇ ਬਹੁਤ ਰਿਸ਼ਟ ਪੁਸ਼ਟ ਤੇ ਮਾੜੀ ਜਿਹੀ ਗੱਲ ਹੋਵੇ ਉਹ ਕਹਿੰਦਾ ਮੈਨੂੰ ਘਬਰਾਹਟ ਹੋ ਰਹੀ, ਮੇਰਾ ਦਿਲ ਨਹੀਂ ਖੜ ਰਿਹਾ, ਮੈਨੂੰ ਘਬਰਾਹਟ ਹੋ ਰਹੀ। ਜਦੋਂ ਸਿੰਘਾਂ ਨੇ ਦੱਸਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ, ਮਹਾਰਾਜ ਪਹਾੜੀ ਰਾਜਿਆਂ ਨੇ ਮੁਗਲਾਂ ਨਾਲ ਰਲ ਕੇ ਅਤੇ ਕੱਲ੍ਹ ਨੂੰ ਤਿਆਰੀ ਹੈ ਅਤੇ ਮਸਤ ਹਾਥੀ ਨੂੰ ਭੇਜ ਰਹੇ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਾਡੇ ਕੋਲ ਦੁਨੀ ਚੰਦ ਸ਼ੇਰ ਹਾਥੀ ਕੋ ਤੁਸੀਂ ਪਰਵਾਹ ਨਾ ਕਰੋ, ਉਹ ਡੇਢ ਪੌਣੇ ਦੋ ਕੁਇੰਟਲ ਦਾ ਸੀ, 6.5 ਫੁੱਟ ਦਾ ਬਾਪੂ। ਜਦੋਂ ਉਹਨੂੰ ਪਤਾ ਲੱਗਿਆ ਕੱਲ੍ਹ ਨੂੰ ਮੈਨੂੰ ਹਾਥੀ ਮੋਹਰੇ ਕਰਨਾ, ਰਾਤ ਨੂੰ ਹੀ ਕੰਧ ਕੰਧ ਲੰਘ ਕੇ ਨੱਠਣ ਲੱਗੇ, ਲੱਤ ਟੁੱਟੀ, ਪਿੰਡ ਜਾ ਕੇ ਮਰ ਗਿਆ। ਅਤੇ ਜਦੋਂ ਭਾਈ ਬਚਿੱਤਰ ਸਿੰਘ ਜੀ ਦਾ ਕੱਦ 5.25 ਫੁੱਟ, ਕਹਿੰਦੇ ਵੀ ਤੇਰੇ ਵੱਲ ਹੱਥ ਹੋ ਗਿਆ। ਗੁਰੂ ਸਾਹਿਬ ਨੇ ਕਿਹਾ ਵੀ ਕਾਲੂ ਭਾਈ ਬਚਿੱਤਰ ਸਿੰਘ ਨੇ ਮਸਤ ਹਾਥੀ ਦਾ ਮੁਕਾਬਲਾ ਕਰਨਾ। ਅਤੇ ਇੱਦਾਂ ਹੱਥ ਜੋੜ ਕੇ ਕਹਿੰਦਾ ਜੀ ਮੇਰੀ ਕੀ ਔਕਾਤ ਹੈ, ਮੈਂ ਹਾਥੀ ਨਾਲ ਭਿੜਾਂ, ਜਿਹਨੇ ਹੁਕਮ ਲਾਇਆ ਕਰਨ ਕਰਾਉਣ ਵਾਲਾ ਤਾਂ ਉਹੀ ਹੈ, ਹਾਥੀਆਂ ਨੂੰ ਕੀ ਉਹ ਪਰਬਤ ਨੂੰ ਵੀ ਚਾਹਵੇ ਉਹ ਗਾਂ ਪਿਛਾਂ ਕਰ ਸਕਦਾ, ਉਹ ਕੁੱਲ ਸ੍ਰਿਸ਼ਟੀ ਨੂੰ ਮਾਰ ਕੇ ਦੁਬਾਰੇ ਜੀਵਤ ਕਰ ਸਕਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਇਹ ਹਾਥੀ ਭਿੜਨਾ ਉਹਨੇ ਹਾਥੀ ਲਈ ਉਹਦੇ ਲਈ ਬਹੁਤ ਛੋਟੀ ਚੀਜ਼ ਹੈ। ਸੋ ਉਹੀ 5.5 ਫੁੱਟ ਦਾ ਸਰੀਰ ਅਤੇ ਜਦੋਂ ਨਾਗਣੀ ਮਸਤ ਹਾਥੀ ਦੇ ਆ 7 ਤਵੀਆਂ 'ਚੋਂ ਚੀਰਦੀ ਗਾਂ ਲੰਘ ਗਈ। ਇਸ ਕਰਕੇ ਜਿਹਨਾਂ ਨੂੰ ਸੱਚੇ ਗੁਰੂ 'ਤੇ ਵਿਸ਼ਵਾਸ ਹੈ, ਬਸ ਇਹੀ ਵੱਡੀ ਗੱਲ ਹੈ ਕਿ ਗੁਰੂ ਸੱਚਾ ਹੋਵੇ। ਅਤੇ ਫਿਰ ਭਾਈ ਜੋਗਾ ਸਿੰਘ ਭਾਵੇਂ ਲਾਵਾਂ ਛੱਡ ਕੇ ਹੁਸ਼ਿਆਰਪੁਰ ਦੇ ਕੋਲ ਕਹਿੰਦਾ ਸੀਗਾ ਨਾ ਬੇਸਵਾ ਦੇ ਘਰ ਵੜਨ ਦੀ ਕੋਸ਼ਿਸ਼ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਹਿਰੇਦਾਰ ਬਣ ਕੇ ਖੜ ਗਏ, ਨਹੀਂ ਸਿੰਘਾ ਜੇ ਤੂੰ ਕਿਹਾ ਹੈ ਨਾ ਜਿਸ ਦਿਨ ਤੈਨੂੰ ਪੁੱਛਿਆ ਸੀ ਤੇ ਜੋਗਾ ਸਿੰਘ ਕੌਣ ਹੈ, ਕਹਿੰਦਾ ਮਹਾਰਾਜ ਤੁਹਾਡੇ ਜੋਗਾ ਹੀ ਹੈ, ਅਤੇ ਉਦਣ ਤੇਰੇ 'ਤੇ ਮੋਹਰ ਲੱਗ ਗਈ ਸੀ। ਪਰ ਜਿਹੜੇ ਅੱਜ ਦੇ ਕੱਚੇ ਪਿੱਲੇ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਦਾ ਪਰਿਵਾਰ ਨਾ ਉਜਾੜ ਲਿਓ। ਹੁਣ ਫਕੀਰ ਉਹਨਾਂ ਨੂੰ ਮੰਨਿਆ ਜਾਂਦਾ ਬਾਪੂ ਜਿਹੜੀਆਂ 4 ਸਿਕਟਾਂ ਹੱਥ 'ਚ ਲਾ ਕੇ ਅਤੇ ਦੇਹ ਸੂਟੇ 'ਤੇ ਸੂਟਾ, ਕਹਿੰਦੇ ਇਹ ਫਕੀਰ ਹੈ। ਅਤੇ ਰਹਿੰਦੀ ਖੂੰਹਦੀ ਕਸਰ ਕਲਾਕਾਰਾਂ ਨੇ ਭੱਠਾ ਗਰਕ ਕਰਤਾ ਪੰਜਾਬ ਦਾ। ਇੱਕ ਤਾਂ ਫੁਕਰੀਆਂ 'ਤੇ ਨਹੀਂ, ਜੇ ਜੱਟ ਇੱਦਾਂ ਅਤੇ ਮੁੜ ਕੇ ਜਾ ਕੇ ਵੀ ਨਹੀਂ ਜੀ ਮੈਂ ਤਾਂ ਫਲਾਣੇ ਬਾਬੇ ਨੂੰ ਮੰਨਦਾ, ਮੇਰੀ ਤਾਂ ਗਾਇਕੀ ਫਲਾਣੇ ਦੇ, ਮੈਂ ਪੈਰਾਂ 'ਚ ਜਾ ਕੇ ਬੈਠਦਾ ਮੇਰੇ ਤਾਂ ਚੱਲੀ। ਉਹ ਪਤੰਦਰਾ ਜੇ ਪੈਰਾਂ 'ਚ ਬੈਠਣਾ ਆਪਣੀ ਬੇਬੇ ਦੇ ਬੈਠ ਜਿਹਨੇ ਤੈਨੂੰ 10 ਮਹੀਨੇ 9 ਮਹੀਨੇ ਕੁੱਖ 'ਚ ਰੱਖਿਆ ਅਤੇ 5-6 ਸਾਲ ਤਾਂ ਬੱਚੇ ਨੂੰ ਭਰਪੂਰ ਬਹੁਤ ਮਤਾਵਾਂ ਕਿਹੜੇ ਤਰੀਕੇ ਨਾਲ ਬੱਚੇ ਪਲਦੇ ਆ। ਇਹ ਸਾਡੀ ਬਦਕਿਸਮਤੀ ਹੈ ਕਿ ਸਾਡੇ ਯੋਧਿਆਂ ਦੀਆਂ ਗੱਲਾਂ ਕਰਨ ਵਾਲੇ ਵੀ ਮੇਰੇ ਭਰਾ ਜਦੋਂ ਇੱਦਾਂ ਹੁੰਦਾ, ਨਹੀਂ ਜੀ ਅਸੀਂ ਤਾਂ ਫਲਾਣੇ ਬਾਬੇ ਦੇ, ਮੈਂ ਤਾਂ ਉੱਥੇ ਜਾਂਦਾ, ਮੈਂ ਤਾਂ ਉਹ ਉਸ ਡੇਰੇ 'ਤੇ ਜਾਂਦਾ, ਮੇਰੀ ਤਾਂ ਗੱਲ ਤਾਂ ਬਣੀ ਹੈ। ਅਤੇ ਉੱਥੇ ਫਿਰ ਸੋਚਣਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਕ ਸਾਈਡ ਅਤੇ ਇੱਕ ਸਾਈਡ 'ਤੇ ਰੱਬ ਖੰਡੀ ਬਾਬਾ ਹੈ। ਅਤੇ ਗੱਲਾਂ ਮੈਂ ਵੀ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਕਰਾਂ ਅਤੇ ਕੱਲ੍ਹ ਨੂੰ ਮੈਂ ਵੀ ਕਿਸੇ ਪਖੰਡੀ ਦੇ ਪੈਰਾਂ 'ਚ, ਹਾਂ ਆਹ ਮੇਰਾ ਬਿਜ਼ਨਸ ਹੈ, ਮੈਂ ਇੱਥੇ ਸਟੇਜ 'ਤੇ ਗਾਉਣ ਆਇਆ, ਕੱਲ੍ਹ ਨੂੰ ਕੋਈ ਵੀ ਬਾਬਾ ਮੇਰੇ 'ਤੇ ਆ ਕੇ ਪੈਸੇ ਸਿੱਟੇ ਮੈਂ ਨਹੀਂ ਕਹੂੰਗਾ, ਕਿਉਂਕਿ ਉਹਦਾ ਆਪਣਾ ਹੱਕ ਹੈ, ਉਹ ਮੇਰੇ 'ਤੇ 10 ਰੁਪਏ ਸਿੱਟੇ, 5 ਲੱਖ ਸਿੱਟੇ, 20, ਪਰ ਜੇ ਮੈਂ ਗਾਉਂਦਾ ਉਦੋਂ ਦੇ ਪੈਰੇ ਫੜ ਕੇ ਬਹਿ ਜਾਂ ਵੀ ਬਾਬਾ ਜੀ ਬੜੀ ਕਿਰਪਾ ਹੋਈ, ਮੈਨੂੰ ਹੋਰ ਵੀ ਮੇਲਾ ਦਵਾ ਦਿਓ, ਕਿਉਂਕਿ ਇੱਥੇ ਦੇਣ ਵਾਲਾ ਕੋਈ ਪਖੰਡੀ ਬਾਬਾ ਨਹੀਂ, ਜਿਹਨੇ ਤੁਹਾਨੂੰ ਪੈਦਾ ਕੀਤਾ ਹੈ ਉਹਨੇ ਤੁਹਾਨੂੰ ਉਸ ਦਿਨ ਤੁਹਾਡੀ ਤਕਦੀਰ 'ਚ ਰੁਜ਼ਗਾਰ ਲਿਖਿਆ। ਜੇ ਉਹਨੇ ਲਿਖਿਆ ਤਾਂ ਦੁਨੀਆ ਇੱਕ ਪਾਸੇ ਕੋਈ ਖੋਣ ਵਾਲਾ ਨਹੀਂ, ਅਤੇ ਜੇ ਉਹਨੇ ਖੋਣਾ ਹੈ ਤਾਂ ਫਿਰ ਕੋਈ ਪਖੰਡੀ ਬਾਬਾ ਨਹੀਂ ਤੁਹਾਡੇ 'ਤੇ ਮੋਹਰਾਂ ਲਾਈ ਜਾਵੇ ਵੀ ਨਹੀਂ ਪੁੱਤ ਹੁਣ ਤੇਰੀ ਚੜ੍ਹਾਈ ਹੈ, ਤੇਰੀ ਬੱਲੇ ਬੱਲੇ ਆ। ਸੋ ਅਕਾਲ ਪੁਰਖ 'ਤੇ ਯਕੀਨ ਕਰਨਾ,
ਅਕਾਲ ਪੁਰਖ ਤੇ ਯਕੀਨ ਕਰਨਾ ਸ਼ੁਰੂ ਕਰੋ, ਰਿਜ਼ਲਟ ਤੁਹਾਨੂੰ ਕੀ ਮਿਲਣਗੇ ਮਹਾਰਾਜ ਕਿਰਪਾ ਕਰੇ। ਡੋਲਿਆਂ ਨੂੰ ਵੇਖ ਲੈਂਦੇ ਫੀਲਿੰਗਾਂ, ਪਤਾ ਨਾ ਡਰਾਈਏ ਡਰੇ ਬੰਦੇ ਨੂੰ, ਗੈਰਤਾਂ ਦੀ ਗੱਡੀ ਵਿੱਚ ਮਿੱਠਿਆ ਮਰਿਆ ਸ਼ਿਕਾਰ ਜਿਹੜਾ ਖਾਵੇ ਚੁੱਕ ਕੇ, ਮਰਿਆ ਸ਼ਿਕਾਰ ਜਿਹੜਾ ਖਾਵੇ ਚੁੱਕ ਕੇ, ਉਹ ਸ਼ੇਰ ਨਹੀਂ ਹੁੰਦਾ। ਹੋ 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 ਆ ਜਾਓ।